ਕਿਵੇਂ ਲੱਗਿਆ ਕਰਤਾਰ? ਬਹੁਤ ਵਧੀਆ। ਕੋਪ ਚਵੇ ਲਾਈਫ ਦੀ ਫਸਟ। ਚਲਿਏ ਜੀ ਜਾਓ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਕਰਦੇ ਆ ਨਵੇਂ ਵੀਡੀਓ ਦੀ ਸ਼ੁਰੂਆਤ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਪਿਛਲੀ ਵੀਡੀਓ ਤੁਸੀਂ ਮੇਰੀ ਵੇਖੀ ਆ, ਸੰਧਾਰੇ ਲਈ ਆਪਾਂ ਬਿਸਕੁਟ ਲੈ ਕੇ ਆਏ ਸੀਗੇ, ਠੀਕ ਆ। ਅਤੇ ਉਸ ਵੀਡੀਓ ਦੇ ਵਿੱਚ ਜਿਹੜਾ ਨਾਲ ਆਪਣਾ ਬਿਸਕੁਟ ਤਾਂ ਹੋ ਗਏ ਸੀ, ਅਤੇ ਨਾਲ ਇੱਕ ਮੱਠੀਆਂ ਵੀ ਆਪਾਂ ਮੰਮੀ ਜਿਹੜੀ ਹੈਗੇ ਬਣਾਉਣ ਲੱਗੇ ਆ, ਅਤੇ ਉਹਦੀ ਜਿਹੜੀ ਰੈਸਪੀ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਨੀ ਆ। ਤੁਸੀਂ ਵੀ ਆਪਦੇ ਘਰ ਬਣਾ ਸਕਦੇ ਹੋ, ਜੇ ਆਪਦੀ ਸਿਸਟਰ ਨਾਲ ਤੁਹਾਨੂੰ ਬਣਾ ਕੇ ਦੇ ਸਕਦੇ ਹੋ ਦੇਸੀ ਘਿਓ ਦੀਆਂ। ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਚਲੋ ਆ ਜਾਓ। ਕਹਿੰਦੇ ਮੁੰਡਿਓ ਗੱਭਰੂ ਕਹਿੰਦੇ ਮੱਠੀਆਂ ਬਣਾਉਣ ਲੱਗੇ ਆ, ਆ ਜਾਓ ਫਿਰ। ਤਾਂ ਸਾਰਿਆਂ ਤੋਂ ਪਹਿਲਾਂ ਮਿੱਤਰੋ ਤੁਸੀਂ ਆਟਾ ਲੈ ਲੈਣਾ। ਆਟਾ ਜਿੰਨੀ ਕੁਆਂਟਿਟੀ 'ਚ ਆਟਾ ਲਾਉਂਗੇ, ਅਸੀਂ ਜਿੰਨੇ ਕੁ ਲਿਆ ਆਟਾ, ਇਹਦੇ ਵਿੱਚ ਅਸੀਂ ਇੱਕ ਕੋਲੀ ਦੇਸੀ ਘਿਓ ਦੀ ਪਾਤੀ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਪਾਏ ਆਪਾਂ ਇੱਕ ਚਮਚਾ ਸੌਂਫ, ਠੀਕ ਹੈ, ਅਤੇ ਅੱਧਾ ਕੁ ਚਮਚਾ ਆਪਾਂ ਪਾਈ ਆ ਅਜਵਾਇਣ। ਅਤੇ ਅਜਵਾਇਣ ਪਾਉਣ ਤੋਂ ਬਾਅਦ ਜਿਹੜਾ ਗੁੜ ਲਿਆ ਆਪਾਂ 400 ਗ੍ਰਾਮ ਗੁੜ ਸੀ, ਉਹਨੂੰ ਜਿਹੜਾ ਆਪਾਂ ਇੱਦਾਂ ਪਾਣੀ ਦੇ ਵਿੱਚ ਕਰ ਲਿਆ। ਹੁਣ ਕੀ ਕਰਨਾ ਵਾ ਆਪਾਂ ਜਿਹੜਾ ਇਸ ਪਾਣੀ ਨੂੰ, ਆਹ ਪਹਿਲਾਂ ਆਟੇ ਨੂੰ ਆਪਾਂ ਜਿਹੜਾ ਇੱਦਾਂ ਹੱਥ ਨਾਲ ਚੰਗੀ ਤਰ੍ਹਾਂ ਕਿਆਰਾ ਕਰ ਲੈਣਾ ਵਾ। ਕਿਆਰਾ ਕਰਨ ਤੋਂ ਬਾਅਦ ਜਿਹੜਾ ਆਹ ਵਾਲਾ ਗੁੜ ਆ ਇਸ ਪਾਣੀ ਦੇ ਨਾਲ ਆਟਾ ਗੁੰਨਣਾ ਵਾ। ਅਤੇ ਹੁਣ ਵੇਖੋ ਮੰਮੀ ਜਿਹੜਾ ਹੈਗਾ ਆਟੇ ਨੂੰ ਕਿਆਰਾ ਕਰਨ ਡੇ ਆ, ਅਤੇ ਲੈ ਕਹਿੰਦੇ ਚੱਲਦੇ ਆ ਹੱਥ ਵਿੱਚ ਮਾਤਾ ਦੇ। ਮਾਤਾ ਮੇਰੀ ਡਾਕਟਰ ਆ, ਵਿੱਚ ਡਾਕਟਰੀ ਮਾਤਾ ਘੋਟ ਜਾਂਦੀ ਆ। ਕਹਿੰਦੇ ਮਿੱਤਰੋ ਤਾਂ ਜਿਹੜਾ ਆਪਾਂ ਆਟਾ ਗੁੰਨਿਆ ਸੀ ਉਹਨੂੰ ਆਪਾਂ ਰੋਟੀ ਦੀ ਤਰ੍ਹਾਂ ਬਣਾ ਕੇ ਇੱਦਾਂ ਦੇ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਲਿਆ। ਤਾਂ ਦੋਸਤੋ ਇੱਦਾਂ ਬਣ ਗਏ ਆ ਗੁਲਗੁਲੇ ਬਣ ਗਏ, ਅਤੇ ਉਹ ਮੱਠੀਆਂ ਬਣ ਗਈਆਂ। ਵੇਖੋ ਯਾਰ, ਵੇਖਣ 'ਚ ਦੇਖੋ ਕਿੰਨਾ ਸੌਫਟ ਲੱਗਦਾ ਪਿਆ, ਹਾਲੇ ਗਰਮ ਆ। ਉਹ ਮੱਠੀਆਂ ਬਣ ਗਈਆਂ। Two thousand years later. ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਹੈ? ਕਰਦੇ ਨਵੇਂ ਵੀਡੀਓ ਦੀ ਸ਼ੁਰੂਆਤ। ਅਤੇ ਪੁਰਾਣੀਆਂ ਵੀਡੀਓ ਤੁਸੀਂ ਮੇਰੀਆਂ ਵੇਖੀਆਂ ਹੋਣੀਆਂ, ਹੈ ਨਾ। ਅਤੇ ਉਹਦੇ ਵਿੱਚ ਆਪਾਂ ਜਿਹੜੇ ਸੀ ਸੰਧਾਰੇ ਦੀ ਪ੍ਰੈਪਰੇਸ਼ਨ ਕੀਤੀ ਸੀ, ਅਤੇ ਅੱਜ ਜਿਹੜੇ ਆਪਾਂ ਸੰਧਾਰਾ ਦੇਣ ਆਪਾਂ ਖੜ੍ਹੇ ਸੜਕ 'ਤੇ, ਅਤੇ ਮੰਮੀ ਜਿਹੜੇ ਹੈਗੇ ਭੈਣ ਵਾਸਤੇ ਛੱਤਰੀ ਵੇਖਦੇ ਪਏ ਆ। ਸਹੀ ਹੈ, ਇਹ ਸਹੀ ਆ, ਅਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ, ਅਤੇ ਕਈ ਵਾਰੀ ਮਾਰਕੀਟ 'ਚ ਨਿਕਲਣਾ ਪੈਂਦਾ, ਅਤੇ ਉਹਦੇ ਵਾਸਤੇ ਫਿਰ ਛੱਤਰੀ ਜਿਹੜੀ ਆਪਾਂ ਲੈ ਲਈ ਆ। ਅਤੇ ਮਗਰ ਖੜੀ ਕਾਰ, ਅਤੇ ਟਾਈਮ ਹੋ ਗਿਆ 5:30, ਅਤੇ ਮਿਲਦਾ ਤੁਹਾਨੂੰ ਰਸਤੇ ਦੇ ਵਿੱਚ। ਵਿਊ ਇੰਜੋਏ ਕਰੋ, ਅੱਜ ਦਾ ਮੌਸਮ ਜਿਹੜਾ ਬਹੁਤ ਜ਼ਿਆਦਾ। ਇੰਤਜ਼ਾਰ ਕਰੀ ਜਾਂਦੀ ਹੈ, ਪੁੱਛੀ ਜਾਂਦੀ ਹੈ ਮੰਮੀ ਕਿੱਥੇ ਪਹੁੰਚ ਗਏ, ਮੰਮੀ ਕਿੱਥੇ ਪਹੁੰਚ ਗਏ। ਚਲੋ ਹੁਣ ਆਪਾਂ ਛੇਤੀ ਜਾ ਕੇ ਮਿਲਦੇ ਹਾਂ। ਅਤੇ ਆਪਾਂ ਚੱਲੇ ਹਾਂ ਕੋਰੀਡੋਰ, ਕੋਰੀਡੋਰ ਘੁੰਮ ਕੇ ਆਉਣੇ ਹਾਂ ਕਰਤਾਰਪੁਰ ਦਾ, ਅਤੇ ਭੈਣ ਨੂੰ ਸਾਰੇ ਨਾਲ ਚੱਲੇ ਹਾਂ, ਅਤੇ ਅੱਜ ਚੱਲਦੇ ਹਾਂ।
सारा पाकिस्तान है। दिखना ही नहीं कुछ व्हीकल है। किवें लग्या करतार बहुत धुप चवे लाइफ दी फर्स्ट जॉब जॉइनिंग जेड़ी है इतनी हुई है हम सो है पीजी मेरे लिए जगह बहुत लगती है ओवे ओवे गर्मी चलिए जी चलो आ जा ऐसे खड़ा ऐसे खड़ा ऐसे खड़ा ते आप आगे कॉरिडोर है कॉरिडोर है सामने इधर दी एंट्री होंगी है मेन सारी ओ अगे कोरीडोर है